अपडेट ਦੇ ਵਿੱਚ ਜ਼ਿਲ੍ਹਾ ਵਾਸੀਆਂ ਦਾ ਸਵਾਗਤ ਹੈ। ਇਸ ਵੇਲੇ ਕੋਵਿਡ ਦੇ ਕੇਸਾਂ ਦੀ ਸਥਿਤੀ ਜਿਹੜੀ ਪਿਛਲੇ ਹਫ਼ਤੇ ਨਾਲੋਂ ਕਾਫੀ ਠੀਕ ਹੋਈ ਹੈ। ਜੇਕਰ ਅਸੀਂ ਅੱਜ ਗੱਲ ਕਰੀਏ ਮਰੀਜ਼ਾਂ ਦੀ, ਸਾਡੇ 41 ਮਰੀਜ਼ ਇਸ ਵੇਲੇ ਭਿੰਨ ਭਿੰਨ ਹਸਪਤਾਲਾਂ ਦੇ ਵਿੱਚ ਹਨ। 23 ਮਰੀਜ਼ ਸਾਡੇ ਸ਼ੱਕੀ ਹਸਪਤਾਲਾਂ ਦੇ ਹਨ, ਜਿਹੜੇ ਕਿ ਪੋਜ਼ਿਟਿਵ ਨਹੀਂ ਹੈ, ਕਨਫਰਮ ਪਰ ਸ਼ੱਕ ਹੈ ਕਿ ਕੋਵਿਡ ਹੈ ਉਹਨਾਂ ਨੂੰ। ਇਸ ਪ੍ਰਕਾਰ ਟੋਟਲ 64 ਮਰੀਜ਼ ਜਿਹੜੇ ਨੇ ਗੁਰਦਾਸਪੁਰ ਦੇ ਹਸਪਤਾਲਾਂ ਦੇ ਵਿੱਚ ਹਨ। ਤੇ 436 ਮਰੀਜ਼ ਹੋਮ ਆਈਸੋਲੇਸ਼ਨ 'ਚ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਤੋਂ ਬਾਹਰ 82 ਮਰੀਜ਼ ਹਨ ਤੇ ਸਾਡੀ ਜੋ ਪੋਜ਼ਿਟਿਵਿਟੀ ਰੇਸ਼ੋ ਹੈ ਉਹ ਇਸ ਵੇਲੇ 1.69% ਹੈ, ਜੋ ਕਾਫੀ ਘੱਟ ਗਈ ਹੈ। ਅਸੀਂ ਇਸ ਵੇਲੇ 4000 ਤੋਂ ਉੱਪਰ ਸੈਂਪਲ ਡੇਲੀ ਕਰ ਰਹੇ ਹਾਂ। ਸਾਡੀ ਸੈਂਪਲਿੰਗ ਬਹੁਤ ਜ਼ਿਆਦਾ ਵੱਧ ਗਈ ਹੈ। ਅਸੀਂ ਪਹਿਲਾਂ 2000 ਸੈਂਪਲ ਕਰਦੇ ਸੀ, ਫਿਰ 3000 ਤੇ ਪਹੁੰਚੇ, ਹੁਣ ਅਸੀਂ ਲਗਭਗ 4000 ਸੈਂਪਲ ਡੇਲੀ ਕਰ ਰਹੇ ਹਾਂ। ਇਸੇ ਹਫ਼ਤੇ ਅਸੀਂ ਇਹ ਫੈਸਲਾ ਕੀਤਾ ਹੈ ਕਿ ਹਫ਼ਤਾਵਾਰੀ ਅਸੀਂ 40000 ਸੈਂਪਲ ਕਰਨੇ ਸ਼ੁਰੂ ਕਰਾਂਗੇ, ਭਾਵ 6 ਤੋਂ ਲੈ ਕੇ 7000 ਸੈਂਪਲ ਪ੍ਰਤੀ ਦਿਨ ਕੀਤੇ ਜਾਇਆ ਕਰਨਗੇ। ਕਿਉਂਕਿ ਸੈਂਪਲਿੰਗ ਕਰਕੇ ਅਸੀਂ ਕੋਵਿਡ ਦੇ ਪੇਸ਼ੈਂਟ ਨੂੰ ਜਲਦੀ ਟਰੈਕ ਕਰ ਸਕਦੇ ਹਾਂ, ਲੱਭ ਸਕਦੇ ਹਾਂ, ਉਹਨਾਂ ਦਾ ਇਲਾਜ ਕਰਾ ਸਕਦੇ ਹਾਂ। ਕਿਉਂਕਿ ਕੋਵਿਡ ਦੀ ਹਾਲਾਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੋਏ ਨੇ, ਇਸ ਲਈ ਇਸਲੇ ਕਰਕੇ ਕੁਛ ਛੋਟਾਂ ਵੀ ਦਿੱਤੀਆਂ ਨੇ, ਸ਼ਨੀਵਾਰ ਦੇ ਵਿੱਚ ਰਾਹਤ ਦਿੱਤੀ ਹੈ। ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਕੋਵਿਡ ਦੇ ਕੇਸ ਘਟੇ ਨੇ, ਕੋਵਿਡ ਖਤਮ ਨਹੀਂ ਹੋਇਆ। ਅਸੀਂ ਕੋਵਿਡ ਦੇ ਵਿੱਚ ਰਾਹਤ ਦਿੱਤੀ ਹੈ ਪਰ ਕੋਵਿਡ ਦਾ ਖਤਰਾ ਉਨਾ ਹੀ ਬਣਿਆ ਹੋਇਆ। ਇੱਕ ਤਾਂ ਜਿਹਦੀ ਵੀ ਵਾਰੀ ਆ ਰਹੀ ਹੈ ਉਹ ਆਪਣੀ ਵੈਕਸੀਨ ਲਗਵਾਵੇ, ਇਹਦੇ 'ਚ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ ਹੈ। ਕੁਛ ਲੋਕ ਕਈ ਵਾਰੀ ਵੈਕਸੀਨ ਬਾਰੇ ਦੁਸ਼ਟ ਪ੍ਰਚਾਰ ਕਰਦੇ ਹਨ, ਕਈ ਐਸੇ ਵਟਸਐਪ 'ਤੇ ਵੀਡੀਓ ਭੇਜ ਦਿੰਦੇ ਨੇ ਜਿਹਦੇ ਨਾਲ ਇੱਕ ਆਮ ਭੋਲੇ ਭਾਲੇ ਨਾਗਰਿਕ ਦੇ ਮਨ 'ਚ ਵੈਕਸੀਨ ਦੇ ਬਾਰੇ ਡਰ ਪੈਦਾ ਹੋ ਜਾਂਦਾ। ਅਜਿਹੇ ਲੋਕਾਂ ਨੂੰ ਇੱਕੋ ਤਰੀਕੇ ਨਾਲ ਜਵਾਬ ਦਿੱਤਾ ਜਾ ਸਕਦਾ। ਮੈਂ ਆਪਣੀ ਉਦਾਹਰਣ ਦੇ ਸਕਦਾ ਕਿ 2 ਫਰਵਰੀ ਨੂੰ ਸਭ ਤੋਂ ਪਹਿਲਾਂ ਮੈਂ ਵੈਕਸੀਨ ਲਗਵਾਈ ਸੀ। ਉਸ ਤੋਂ ਬਾਅਦ ਜਦੋਂ ਅਲਾਓ ਕੀਤਾ ਗਿਆ ਮੇਰੇ ਪਰਿਵਾਰ ਨੇ ਵੈਕਸੀਨ ਲਗਵਾਈ ਹੈ। ਅਸੀਂ ਆਪਣੇ ਪਰਿਵਾਰ ਦੇ ਵਿੱਚ, ਆਪਣੇ ਸਹਿਕਰਮੀਆਂ ਦੇ ਵਿੱਚ ਸਾਰੇ ਪਾਸੇ ਵੈਕਸੀਨ ਲਗਵਾ ਰਹੇ। ਇਹ ਠੀਕ ਹੈ ਕਿ ਵੈਕਸੀਨ ਲਗਵਾ ਕੇ ਵੀ 100% ਪ੍ਰੋਟੈਕਸ਼ਨ ਨਹੀਂ ਹੈ, ਪਰ ਬਹੁਤ ਫਰਕ ਪੈ ਜਾਂਦਾ। ਜੋ ਮਾਹਿਰ ਦੱਸਦੇ ਨੇ ਕਿ ਜੇਕਰ ਵੈਕਸੀਨ ਨਹੀਂ ਲੱਗਦੀ ਤਾਂ 2-3% ਲੋਕਾਂ ਦੀ ਮੌਤ ਹੋ ਰਹੀ ਹੈ। ਜੇਕਰ ਵੈਕਸੀਨ ਲੱਗ ਜਾਂਦੀ ਹੈ ਤਦ ਵੀ ਕੋਵਿਡ ਹੋ ਸਕਦਾ, ਇਹਦੀ ਕੋਈ ਗਰੰਟੀ ਨਹੀਂ ਹੈ ਕੋਵਿਡ ਨਹੀਂ ਹੋਏਗਾ। ਪਰ ਕੋਵਿਡ ਦੀ ਜਿਹੜੀ ਦੁਸ਼ਪ੍ਰਭਾਵ ਨੇ ਬਹੁਤ ਘੱਟ ਜਾਂਦੇ ਨੇ। ਸਾਡੇ ਹੀ ਆਪਣੇ ਜ਼ਿਲ੍ਹੇ ਦੇ ਇੱਕ ਅਫਸਰ, ਸੀਨੀਅਰ ਅਫਸਰ ਨੂੰ ਪਿੱਛੇ ਜਿਹੇ ਪੂਰੇ ਪਰਿਵਾਰ ਸਮੇਤ ਕੋਵਿਡ ਹੋ ਗਿਆ ਸੀ, ਪਰ ਉਹਨਾਂ ਨੇ ਵੈਕਸੀਨ ਲਗਵਾਈ ਸੀ। ਉਹਨਾਂ ਦਾ ਆਪਣਾ ਨਿੱਜੀ ਐਕਸਪੀਰੀਅੰਸ ਹੈ ਕਿ 2 ਦਿਨ ਬੁਖਾਰ ਰਿਹਾ, ਉਸ ਤੋਂ ਬਾਅਦ ਠੀਕ ਹੋ ਗਏ। ਸੋ ਵੈਕਸੀਨ ਹਰ ਹਾਲਤ ਦੇ ਵਿੱਚ ਫਾਇਦਾ ਕਰਦੀ ਹੈ। ਹਸਪੀਟਲ ਤੋਂ ਕੇਸ ਘਟਦੇ ਨੇ, ਕੋਵਿਡ ਦੇ ਸਾਈਡ ਇਫੈਕਟ ਤੋਂ ਬਚਾਅ ਹੁੰਦਾ, ਮੌਤ ਦੀ ਦਰ ਬਹੁਤ ਘਟਦੀ ਹੈ ਤੇ ਕੋਵਿਡ ਦਾ ਇਲਾਜ ਕਰਨਾ ਸੌਖਾ ਹੋ ਜਾਂਦਾ। ਇਸ ਲਈ ਮੇਰੀ ਸਾਰਿਆਂ ਨੂੰ ਬੇਨਤੀ ਹੈ, ਖਾਸ ਕਰਕੇ ਪਿੰਡਾਂ ਦੇ ਵਿੱਚ, ਸਾਡੇ ਜਿਹੜੇ ਦੁਰੰਗਲੇ ਦਾ ਏਰੀਆ, ਰਣਜੀਤ ਬਾਗ ਦਾ ਏਰੀਆ, ਬਹਿਰਾਮਪੁਰ ਦਾ ਏਰੀਆ, ਇੱਥੇ ਦੇ ਵਾਸੀਆਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਕੋਵਿਡ ਦੀ ਵੈਕਸੀਨ ਲਗਵਾਓ, ਕਿਉਂਕਿ ਆਪ ਜਿਹਦੇ ਏਰੀਆ 'ਚ ਅਜੇ ਵੀ ਕੇਸ ਥੋੜ੍ਹੇ ਜ਼ਿਆਦਾ ਹੋ ਰਹੇ ਹਨ। ਜਿਵੇਂ ਕਿ ਬਾਕੀ ਜ਼ਿਲ੍ਹੇ 'ਚ ਜਿਹੜੀ ਪੋਜ਼ਿਟਿਵਿਟੀ ਰੇਸ਼ੋ ਹੈ ਉਹ 1.69 ਹੈ, ਤੁਹਾਡੇ ਇਲਾਕੇ ਦੇ ਵਿੱਚ ਜਿਹੜੀ ਪੋਜ਼ਿਟਿਵਿਟੀ ਰੇਸ਼ੋ ਹੈ ਉਹ 3% ਹੈ। ਕੋਵਿਡ ਦੇ ਮਰੀਜ਼ਾਂ ਨੂੰ ਰਾਹਤ ਦੇਣ ਦੇ ਲਈ ਅਸੀਂ ਕੋਵਿਡ ਰਿਲੀਫ ਫੰਡ ਬਣਾਇਆ, ਉਹਦੇ ਅੰਤਰਗਤ ਅਸੀਂ ਹੁਣ ਤੱਕ ਲਗਭਗ 1,54,000 ਦੀ ਰਾਸ਼ੀ ਜਿਹੜੀ ਹੈ ਉਹ ਗਰੀਬ ਪੇਸ਼ੈਂਟ ਨੂੰ ਦੇ ਸਕੇ,
उस औखे वेले जो उन्होंने पेशेंट हॉस्पिटल एडमिट थे। असं अज भी पूरी कोशिश कर रहे हैं कि कोई भी गरीब आदमी जो हॉस्पिटल जाता है वो कुछ ना कुछ राहत दी जाए वो वारसों। सो असी स्कीमें बनाई हुई है कि जिन्हें भी सालाना आमदनी 4 लाख रुपए तो घट है तो उन्होंने जेकर कोई पेशेंट हस्पताल दाखिल है तो असं उन्होंने थोड़ी जी माली सहायता दें। हालांकि बहुत ज्यादा पैसे नहीं है रिलीफ फंड जेडे पेशेंट गुरदासपुर के किसी हॉस्पिटल च ने उन्होंने वारसा असी 500 रुपए प्रतिदिन एक तरह का अलाउंस दें जिस अपने सैनिटाइजर लै सकते हैं खाना खा सकते हैं होर कोविड दिकॉशन लै सकते हैं 5000 रुपए तक दें। कोई लंबी जोड़ी कार्रवाई नहीं करनी पैंती केवल अपना बैंक अकाउंट की डिटेल देनी पैंती है। पेशेंट की डिटेल असं अपने आप ले लें अपने डेटा सेंटर तो दूसरे एक स्वय घोषणा पत्र देना पैंता है कि उन्होंने जी आमदनी है वह सालाना 4 लाख तो घट है। जेकर पेशेंट को गुरदासपुर तो बाहर जाना पैंता है तो असी 1000 रुपया प्रतिदिन 10000 रुपए तक की सहायता दे रहे हैं। तो जेकर कोई खजाना खासता किसी का पेशेंट वेंटिलेटर पर चला जाए तो असं सहायता 10 तो बढ़ा के 20000 रुपए कर। मैं पता है राशि बहुत थोड़ी है पर चलो घट्टो घट कुछ तो कुछ असं हैल्प करने की कोशिश करते हैं क्योंकि इलाज का मरीज का सरकारी हस्पताल फ्री भी हो जाता है और साड़ी जी सहूलत है सारे मरीजों वास्ते है चाहे सरकारी च ने चाहे प्राइवेट च ने। एको शर्त है कि उन्होंने स्वय घोषणा पत्र देना पैंता है कि उन्होंने सालाना आमदनी 4 लाख रुपए तो घट है। ये लोअर मिडल क्लास भी कवर हो जाती है। सो इस प्रकार जेकर कोई गरीब व्यक्ति है वो कोविड नाल मौत हो जाती है तो संस्कार के भी असं 5000 रुपए का फैसला किया है रेड क्रॉस वालों देने का। हालांकि अभी तक किसी ने मंग नहीं की है पर साढ़े को सहूलत उपलब्ध है जे कोई भी लेना चाहे तो साढ़े सैकटरी रेड क्रॉस में संपर्क कर सकते। जिला गुरदासपुर के अगे केस वधन मैं आस करना यह जी घटना ना वापरे परंतु फिर भी तैयारी करनी बहुत जरूरी है। जिम्मे जो सैकेंड वेव आई साड़ी जी हूँ खत्म होती जा रही है असी पहला ही अपने बैड डबल कर ले ऑक्सीजन का अरेजमेंट सी पहला ही कर लिया किसी वेले भी किसी गुरदासपुर के पेसेंट न ना मेडिसन की ना ऑक्सीजन की कदम कमी नहीं आती गई। ये मैं बहुत धनवादी हूँ साढ़े होर ऑफिसर का जिन्होंने दिन रात परदे के पिछे रह के काम किया और सारिया सहूलत मुहैया कराई। इस प्रकार कुछ हस्पतालों द्वारा ओवरचार्जिंग की जा रही थी असी बोर्ड भी लगवाए हस्पतालों तो रिकवरी भी करवाई है। हूँ भी मैं अपील करना कि जेकर किसी मरीज तो किसी भी हस्पताल ने सरकार द्वारा निर्धारित चार्ज तो पैसे वध लाए ने सानू अपने बिल की कापी या लिख के शिकायत दिओ तुहाडे पैसे रिफंड करावांगे। जेकर हॉस्पिटल पैसे नहीं रिफंड करेगा तो हॉस्पिटल के खिलाफ बनती कानूनी कार्रवाई भी की जाएगी चाहे हॉस्पिटल है चाहे कोई स्कैन सेंटर है। सीटी स्कैन वास्ते 2000 का रेट है 2000 तो वो नहीं चार्ज कर सकते। सो जेकर किसी नूं इदां दा खर्चा वध देना पिया भावें मरीज डिस्चार्ज हो चुके हैं कोई गल नहीं है साढ़े को रिकॉर्ड लेके आओ डेफिनेटली कार्रवाई की जाएगी और तुहानूं रिफंड दवाया जाएगा और उस तरह हॉस्पिटल नूं वार्निंग भी दी जाएगी जेकर गल सही साबित होंदी है। अज भी असी एक हॉस्पिटल का ऑडिट किया उन्होंने खिलाफ रिकवरी ऑर्डर की है उन्होंने पैसे रिफंड किए मैं दसा गया और काफ़ी अच्छे पैसे रिफंड किए हैं। सो मैं हूँ भी एक बार फिर अज अपने फेसबुक लाइव सैशन के राही अपील करता उन्होंने मरीजों को कि जिन्हों के किसी भी प्राइवेट हॉस्पिटल इलाज कराया है तो जेकर उन्होंने कोई वध खर्चा पिया तो साढ़े SDM गुरदासपुर को मिल के वो एप्लीकेशन दे सकते हैं निरपक्ष जांच करके अपनी रिपोर्ट देंगे और जेकर ओवरचार्जिंग पाई जाती है तो हॉस्पिटल तो डेफिनेटली रिकवरी कराई जाएगी और जेकर ज़्यादा गंभीर उल्लंघना होगी तो होर बनती भी कार्रवाई की जा सकती। जिमें कि असी हूँ थोड़ी जी राहत दी है तो मैं अपील करांगा कि आप अपनी लोड़ के अनुसार ही घरों बाहर जाइए बाजार से जो जाना है किसी पब्लिक प्लेस से जाना है मास्क लगा के जाइए वैक्सीन लगवाने तो बाद भी मास्क लगा अपने हाथों सैनिटाइज करिए 6 फुट का फासला करिए कोई भी मीटिंग बंद कमरे से ना करिए जेकर कोई मीटिंग करनी भी पैंदी है तो खुले थां ते करिए बंद कमरे के कोविड होने का खतरा बहुत ज़्यादा बनिया रहिंदा है। एक असी ऑक्सीजन प्लांट जिला हॉस्पिटल गुरदासपुर विखे लगवा रहे हैं जिसे प्लांट जिहड़ा कि सानू भारत सरकार द्वारा मिले परंतु वो तकरीबन 40 लाख रुपया होर एक्स्ट्रा खर्चा आया है जिहड़ा कि असी जिला पद्धर से कर रहे हैं। वो एक तो साडा जिहड़ा वार्ड है 50 बैड ने
ਉੱਥੇ ਹਰ ਬੈੱਡ ਦੇ ਉੱਪਰ ਆਕਸੀਜਨ ਦਾ ਪਾਈਪ ਲੱਗਣਾ, ਆਕਸੀਜਨ ਦਾ ਪਲਾਂਟ ਲੈਣਾ। ਇਹਦੇ ਲਈ ਮੈਂ ਬਹੁਤ ਧੰਨਵਾਦੀ ਹਾਂ ਸਾਡੇ NRI ਭਰਾਵਾਂ ਦਾ, ਜਿਹਨਾਂ 'ਚ ਡਾਕਟਰ ਪੰਨੂ ਸਾਡੇ ਉਹਨਾਂ ਨੇ ਮੋਹਰੀ ਹੋ ਕੇ ਵਿੱਚ ਹਿੱਸਾ ਪਾਇਆ। ਉਹ ਤਕਰੀਬ 10 ਲੱਖ ਰੁਪਏ ਦਾ ਕੰਮ ਉਹਨਾਂ ਨੇ ਆਪਣੇ ਪੈਸੇ 'ਚੋਂ ਕੀਤਾ, ਦਾਨ ਵਜੋਂ ਕੀਤਾ। ਇਸੇ ਪ੍ਰਕਾਰ ਜਿਹੜੀ ਮੇਨ ਪਾਈਪਲਾਈਨ ਪੈਣੀ ਹੈ, ਪਲੱਸ ਉੱਥੇ ਇਲੈਕਟ੍ਰੀਕਲ ਕੇਬਲਿੰਗ ਦਾ ਕੰਮ ਕਰਨਾ ਹੈ, ਉਹ ਅਸੀਂ ਡਿਜ਼ਾਸਟਰ ਰਿਲੀਫ ਫੰਡ 'ਚੋਂ ਕਰਾ ਰਹੇ ਹਾਂ। ਉਸ ਥਾਂ ਦੇ ਉੱਪਰ ਇੱਕ ਜਨਰੇਟਰ ਚਾਹੀਦਾ 16-17 ਲੱਖ ਰੁਪਏ ਦਾ, ਜਿਹੜਾ ਕਿ ਸਾਨੂੰ ਗੁਰਦੁਆਰਾ ਸ਼੍ਰੀ ਗਾਲੜੀ ਸਾਹਿਬ ਦੀ ਮੈਨੇਜਮੈਂਟ ਨੇ ਦਾਨ ਕੀਤਾ। ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ। ਹੁਣ ਅਸੀਂ ਪਲਾਂਟ ਦੀ ਉਮੀਦ ਕਰ ਰਹੇ ਹਾਂ, ਸਾਡਾ ਸਾਰਾ ਸਿਵਲ ਵਰਕ ਵੀ ਤਿਆਰ ਹੈ, ਪਾਈਪਿੰਗ ਦਾ ਕੰਮ ਵੀ 95% ਹੋ ਚੁੱਕਿਆ ਹੈ, ਅਤੇ ਉਹ ਮੈਨੂੰ ਆਸ ਹੈ ਜਿਸ ਵੇਲੇ ਪਲਾਂਟ ਆ ਕੇ ਚਾਲੂ ਹੋਏਗਾ, ਸਾਡੇ ਆਕਸੀਜਨ ਪਲਾਂਟ ਚਾਲੂ ਹੋਏਗਾ। ਇਸੇ ਪ੍ਰਕਾਰ ਸਾਡੇ MP ਸਾਹਿਬ ਨੇ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਜੀ, ਉਹਨਾਂ ਨੇ ਧਾਰੀਵਾਲ ਵਿਖੇ MP ਲੈਂਡ ਫੰਡ ਦੇ ਵਿੱਚੋਂ ਗ੍ਰਾਂਟ ਜਾਰੀ ਕੀਤੀ ਹੈ। ਉਹ ਅਸੀਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਕਿਹਾ ਕਿ ਉੱਥੇ ਉਹ ਲਗਾਉਣ ਦਾ ਕੰਮ ਧਾਰੀਵਾਲ ਵਿਖੇ ਵੀ ਸ਼ੁਰੂ ਕਰਨ। ਮੈਨੂੰ ਆਸ ਹੋਊਗੀ 2 ਮਹੀਨੇ 'ਚ ਸਾਡਾ ਪਲਾਂਟ ਚਾਲੂ ਹੋ ਜਾਏਗਾ ਧਾਰੀਵਾਲ ਵਾਲਾ ਵੀ। ਹੁਣ ਸਾਨੂੰ ਕਾਫੀ ਸਾਰੇ ਕੰਸਨਟ੍ਰੇਟਰ ਵੀ ਮਿਲ ਚੁੱਕੇ ਨੇ, ਹਾਲਾਂਕਿ ਕੰਸਨਟ੍ਰੇਟਰ ਬਾਰੇ ਕਈ ਬੰਦਿਆਂ ਨੂੰ ਗਲਤ ਫਹਿਮੀ ਹੈ। ਕੰਸਨਟ੍ਰੇਟਰ 'ਤੇ ਉਹ ਬਹੁਤ ਘੱਟ ਆਕਸੀਜਨ ਬਣਦੀ ਹੈ, ਕੇਵਲ ਉਹਨਾਂ ਹੀ ਮਰੀਜ਼ਾਂ ਲਈ ਚਾਹੀਦਾ ਹੁੰਦਾ ਹੈ ਜਿਹਨਾਂ ਨੂੰ ਆਕਸੀਜਨ ਨਾ ਮਿਲ ਸਕੇ ਜਾਂ ਉਹ ਘਰ 'ਚ ਰਹਿ ਸਕਣ। ਸਾਡੇ ਕੋਲ ਜ਼ਿਲ੍ਹਾ ਰੈੱਡ ਕ੍ਰੋਸ ਗੁਰਦਾਸਪੁਰ ਵਿਖੇ ਔਰ ਬਟਾਲਾ ਹੋਸਪਿਟਲ ਵਿਖੇ ਕੰਸਨਟ੍ਰੇਟਰ ਬੈਂਕ ਬਣਿਆ ਹੋਇਆ, ਕਿਸੇ ਨੂੰ ਲੋੜ ਹੈ ਕੰਸਨਟ੍ਰੇਟਰ ਆਪਣੇ ਘਰ ਲਿਜਾ ਕੇ ਵਰਤ ਸਕਦਾ। ਇਸੇ ਪ੍ਰਕਾਰ ਅਸੀਂ 10 ਲੀਟਰ ਦੇ ਛੋਟੇ ਆਕਸੀਜਨ ਸਿਲੰਡਰ ਵੀ ਲਾਏ ਨੇ, ਜਿਹੜੇ ਕਿ ਸੈਕਟਰੀ ਰੈੱਡ ਕ੍ਰੋਸ ਕੋਲ ਭਰ ਕੇ ਰੱਖੇ ਹੋਏ ਨੇ, ਕਿਸੇ ਨੂੰ ਘਰੇ ਲੋੜ ਪੈਂਦੀ ਹੈ ਉਹ ਵੀ ਲੈ ਸਕਦੇ। ਜਿਹੜੀਆਂ ਦਵਾਈਆਂ ਨੇ ਉਹ ਵੀ ਅਸੀਂ ਉਪਲਬਧ ਕਰਾ ਕੇ ਰੱਖੀਆਂ ਹੋਈਆਂ ਨੇ। ਹਾਲਾਂਕਿ ਹੁਣ ਰੈਮਡੇਸਿਵੀਰ ਬਾਰੇ ਕਿਹਾ ਜਾ ਰਿਹਾ ਕਿ ਇਹ ਬਹੁਤ ਜ਼ਿਆਦਾ ਲੋੜ ਨਹੀਂ ਹੈ, ਜੇ ਸ਼ੁਰੂ 'ਚ ਲਾਇਆ ਜਾਵੇ ਤਾਂ ਫਾਇਦਾ ਹੁੰਦਾ, ਉਹ ਵੀ ਲੱਗ ਰਹੀ ਹੈ। ਅਸੀਂ ਗੁਰਦਾਸਪੁਰ ਵਿਖੇ ਸਾਡੇ ਡਾਕਟਰ ਸਾਹਿਬਾਨ ਨੇ ਬੜੀ ਹਿੰਮਤ ਕੀਤੀ, 2 ਪੇਸ਼ੈਂਟਸ ਨੂੰ ਐਂਟੀਬੋਡੀ ਕਾਕਟੇਲ ਲਗਾਈ, ਉਹਦੇ ਵੀ ਬੜੇ ਚੰਗੇ ਸਿੱਟੇ ਨਿਕਲੇ ਨੇ, ਉਹ ਦੋਨੇ ਪੇਸ਼ੈਂਟ ਆਪਣੇ ਘਰ ਜਾ ਸਕੇ ਨੇ। ਅਤੇ ਹੁਣ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਸਮੇਂ ਕੋਈ ਫੰਡ ਉਪਲਬਧ ਹੋਣ, ਜੇਕਰ ਕਿਸੇ ਨੂੰ ਲੋੜ ਹੈ ਤਾਂ ਅਸੀਂ ਉਹ ਮੈਡੀਸਨ ਲਗਵਾ ਸਕਦੇ ਹਾਂ। ਹੁਣ ਵੀ ਮੈਂ ਅਪੀਲ ਕਰਦਾ, ਜੇਕਰ ਕੋਈ ਬਹੁਤ ਹੀ ਗੰਭੀਰ ਕੋਮੋਰਬਿਡ ਕੇਸ ਹੈ, ਜਿਵੇਂ ਕਿਸੇ ਨੂੰ ਹਾਈ ਸ਼ੂਗਰ ਹੈ, ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੈ, ਜਾਂ ਕਿਡਨੀ ਦੇ ਮਰੀਜ਼ ਨੇ, ਜੇਕਰ ਉਹਨਾਂ ਨੂੰ ਕੋਵਿਡ ਹੁੰਦਾ ਅਤੇ ਜੋ ਉਹ ਮੈਡੀਸਨ ਅਫੋਰਡ ਨਹੀਂ ਕਰ ਸਕਦੇ ਤਾਂ ਰੈੱਡ ਕ੍ਰੋਸ ਨਾਲ ਸੰਪਰਕ ਕਰੋ। ਅਸੀਂ ਡੈਫੀਨੇਟਲੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਵੱਧ ਤੋਂ ਵੱਧ ਹੈਲਪ ਕਰੀਏ, ਅਤੇ ਜੇਕਰ ਪੇਸ਼ੈਂਟ ਬਿਲਕੁਲ ਅੱਤ ਦਾ ਗਰੀਬ ਹੈ ਤਾਂ ਅਸੀਂ ਬਿਲਕੁਲ ਫਰੀ ਆਫ ਕੋਸਟ ਵੀ ਉਹ ਮੈਡੀਸਨ ਅਰੇਂਜ ਕਰਾ ਕੇ ਦੇਵਾਂਗੇ। ਪਰ ਮੇਰੀ ਇੱਕੋ ਹੀ ਕੋਸ਼ਿਸ਼ ਹੈ ਕਿ ਦਵਾਈ ਕਰਕੇ ਕਿਸੇ ਵਿਅਕਤੀ ਦੀ ਮੌਤ ਨਹੀਂ ਹੋਣੀ ਚਾਹੀਦੀ। ਹਾਂ, ਇਹ ਦਵਾਈ ਲੱਗੇਗੀ ਉਸੇ ਵਿਅਕਤੀ ਨੂੰ ਜਿਹਨੂੰ ਡਾਕਟਰ ਸਾਹਿਬਾਨ ਰਿਕਮੈਂਡ ਕਰਨਗੇ, ਇਹਦੇ 'ਚ ਕੁਝ ਸ਼ਰਤਾਂ ਹੁੰਦੀਆਂ ਨੇ, ਡਾਕਟਰ ਸਾਹਿਬਾਨ ਅਸੈਸਮੈਂਟ ਕਰਨੀ ਹੁੰਦੀ ਹੈ। ਸੋ ਜਿਹਨਾਂ ਨੂੰ ਮੈਡੀਕਲੀ ਰਿਕਮੈਂਡ ਕੀਤੀ ਜਾਂਦੀ ਹੈ, ਜੇਕਰ ਅਫੋਰਡ ਨਹੀਂ ਕਰ ਸਕਦੇ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਕਿ ਉਹਨਾਂ ਨੂੰ ਇਹ ਮੈਡੀਸਨ ਦੇ ਸਕੀਏ। ਔਰ ਮੈਂ ਇਹ ਵਾਅਦਾ ਕਰਦਾ ਕਿ ਅਸੀਂ ਕਿਸੇ ਵੀ ਮਰੀਜ਼ ਨੂੰ ਘੱਟੋ ਘੱਟ ਇਸ ਪੱਖੋਂ ਨਹੀਂ ਵਾਂਝਾ ਰਹਿਣ ਦਿਆਂਗੇ ਕਿ ਉਹਨੂੰ ਦਵਾਈ ਨਹੀਂ ਮਿਲੀ ਕਿ ਉਹਦੇ ਕੋਲ ਪੈਸੇ ਨਹੀਂ ਸੀ। ਜਿੱਥੋਂ ਵੀ ਪੈਸੇ, ਹਾਲਾਂਕਿ ਬੜੀ ਮਹਿੰਗੀ ਦਵਾਈ ਆਉਂਦੀ ਹੈ, ਬਟ ਜਾਨ ਤੋਂ ਉੱਪਰ ਕੋਈ ਚੀਜ਼ ਕੀਮਤੀ ਨਹੀਂ ਹੈ। ਅਸੀਂ ਕੋਸ਼ਿਸ਼ ਕਰਾਂਗੇ ਪੂਰੇ ਸਮਾਜ ਨੂੰ ਰਲ ਕੇ ਨਾਲ ਲੈ ਕੇ, ਕਿਉਂਕਿ ਸਮਾਜ ਦੇ ਬਹੁਤ ਸਾਰੇ ਦਾਨੀ ਸੱਜਣ ਮੈਨੂੰ ਹਾਮੀ ਭਰ ਰਹੇ ਨੇ ਕਿ ਅਸੀਂ ਤਿਆਰ ਹਾਂ, ਅਸੀਂ ਮਦਦ ਕਰਾਂਗੇ। ਸੋ ਮੈਂ ਉਹਨਾਂ ਦੇ ਸਿਰ ਦੇ ਉੱਪਰ ਇਹ ਆਸ਼ਵਾਸਨ ਦੇ ਰਹੇ ਹਾਂ ਕਿ ਜੇਕਰ ਕੋਈ ਐਸਾ ਮਰੀਜ਼ ਆਉਂਦਾ ਹੈ ਜਿਹਨੂੰ ਡਾਕਟਰ ਸਾਹਿਬਾਨ ਅਸੈਸ ਕਰਦੇ ਨੇ, ਉਹਨੂੰ ਲੋੜ ਹੈ, ਮੈਂ ਬਾਰ ਬਾਰ ਗੱਲ ਕਹਿ ਰਿਹਾ, ਉਹਨੂੰ ਲੋੜ ਹੋਣੀ ਚਾਹੀਦੀ ਹੈ, ਸ਼ੌਕੀਆਂ ਨੇ ਲਗਵਾਉਣ ਦੀ ਲੋੜ ਹੈਗੀ ਹੈ, ਅਤੇ ਉਹਨੂੰ ਲੋੜ ਹੈ ਅਤੇ ਉਹ ਅਫੋਰਡ ਨਹੀਂ ਕਰਦਾ, ਤਾਂ ਅਸੀਂ ਕਿਸੇ ਤਰੀਕੇ ਨਾਲ ਉਹ ਮੈਡੀਸਨ ਅਰੇਂਜ ਕਰਕੇ ਉਹ ਲਗਵਾਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਇੱਕ ਵਾਰੀ ਆਪਣੇ ਪਿੰਡਾਂ ਦੇ ਭਰਾਵਾਂ ਨੂੰ ਜ਼ਰੂਰ ਬੇਨਤੀ ਕਰਾਂਗਾ, ਭੈਣਾਂ ਭਰਾਵਾਂ ਨੂੰ, ਕਿ ਜੇਕਰ ਤੁਹਾਨੂੰ ਕੋਈ ਬੁਖਾਰ ਦੇ ਲੱਛਣ ਆਉਂਦਾ ਹੈ, ਖਾਂਸੀ ਜ਼ੁਕਾਮ ਹੁੰਦਾ ਹੈ, ਕਿਰਪਾ ਕਰਕੇ ਟੈਸਟ ਕਰੋ। ਹੁਣ ਇਸ ਵੇਲੇ ਕੋਵਿਡ ਦਾ 99% ਮੈਨੇਜਮੈਂਟ ਹੋ ਸਕਦੀ ਹੈ। ਕੋਈ ਮੰਦਭਾਗਾ ਵਿਅਕਤੀ ਜਿਹਦੀ ਮੌਤ ਹੁੰਦੀ ਹੈ, ਕਿਉਂਕਿ ਡਾਕਟਰ ਸਾਹਿਬਾਨ ਨੂੰ ਬਿਮਾਰੀ ਬਾਰੇ ਬਹੁਤ ਸਮਝ ਆ ਚੁੱਕਿਆ, ਬਹੁਤ ਸਾਰੀਆਂ ਮੈਡੀਸਨ ਉਪਲਬਧ ਨੇ। ਬਈ ਇੱਕੋ ਹੀ ਗੱਲ ਹੈ ਕਿ ਜਿੰਨਾ ਛੇਤੀ ਟੈਸਟ ਕਰਾ ਲਓਗੇ, ਜਿੰਨੀ ਛੇਤੀ ਇਲਾਜ ਕਰਾ ਲਓਗੇ, ਉਹ ਕਰਾਇਆ ਜਾ ਸਕਦਾ। ਅਸੀਂ ਇਨਫੈਕਟ ਇੱਕ ਹੋਰ ਕੰਮ ਕੀਤਾ ਕਿ ਜਿਹੜੇ ਤਾਂ ਮਰੀਜ਼ ਹਸਪੀਟਲ ਦਾਖਲ ਹੋ ਜਾਂਦੇ ਨੇ, ਕੁਝ ਖੂਨ ਦੇ ਸੈਂਪਲ ਉਹਨਾਂ ਦੇ ਹਸਪਤਾਲ ਦੇ ਫਰੀ ਆਫ ਕੋਸਟ ਕੀਤੇ ਜਾਂਦੇ ਨੇ, ਜਿਵੇਂ ਕਿ CRP ਟੈਸਟ ਹੈ, ਬਲੱਡ ਸ਼ੂਗਰ ਟੈਸਟ ਹੈ। ਪਰ ਜਿਹੜੇ ਮਰੀਜ਼ ਘਰਾਂ ਦੇ ਵਿੱਚ ਹੋਮ ਆਈਸੋਲੇਟਡ ਹੁੰਦੇ ਨੇ, ਅਸੀਂ ਵੇਖਿਆ ਕਈ ਵਾਰੀ ਉਹਨਾਂ ਦਾ ਘਰੇ ਬੈਠੇ ਬੈਠੇ CRP ਵੱਧ ਜਾਂਦਾ, ਅਤੇ CRP ਵਧਣ ਤੋਂ 2 ਜਾਂ 3 ਦਿਨ ਬਾਅਦ ਉਹਨਾਂ ਦਾ ਆਕਸੀਜਨ ਲੈਵਲ ਘੱਟਦਾ, ਉਸ ਵੇਲੇ ਉਹਨਾਂ ਦੀ ਕੰਡੀਸ਼ਨ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ। ਅਸੀਂ ਰੈੱਡ ਕ੍ਰੋਸ ਵੱਲੋਂ ਉਪਰਾਲਾ ਕੀਤਾ ਕਿ ਹਰ ਇੱਕ ਉਹ ਹਾਈ ਰਿਸਕ ਪੇਸ਼ੈਂਟ ਜਿਹਦੇ ਟੈਸਟ ਕਰਾਉਣ ਦੀ ਲੋੜ ਹੈ, ਸਾਡੇ 6 ਮੈਡੀਕਲ ਸਪੈਸ਼ਲਿਸਟ ਇਸ ਕੰਮ 'ਤੇ ਲੱਗੇ ਹੋਏ ਨੇ, ਉਹ ਜਿਹਨੂੰ ਵੀ ਰਿਕਮੈਂਡ ਕਰਦੇ ਨੇ, ਜਿਹੜੇ ਵੀ ਟੈਸਟ ਰਿਕਮੈਂਡ ਕਰਦੇ ਨੇ, ਅਸੀਂ ਉਹ ਫਰੀ ਆਫ ਕੋਸਟ ਟੈਸਟ ਕਰਵਾ ਕੇ ਦੇ ਰਹੇ ਹਾਂ, ਭਾਵੇਂ ਉਹ ਘਰ ਦੇ ਵਿੱਚ ਹੀ ਨੇ, ਹੋਸਪਿਟਲ ਨਹੀਂ ਵੀ ਗਏ। ਅਤੇ ਉਹਦੇ 'ਚ ਕਈ ਸਾਰੇ ਅਸੀਂ ਪੇਸ਼ੈਂਟ ਨੂੰ ਡਿਟੈਕਟ ਕੀਤਾ ਜਿਨ੍ਹਾਂ ਦਾ CRP ਪਹਿਲਾਂ ਵਧਿਆ ਔਰ ਆਕਸੀਜਨ ਲੈਵਲ ਬਾਅਦ ਡਾਊਨ ਗਿਆ, ਉਹਨਾਂ ਨੂੰ ਸਮੇਂ ਸਿਰ ਮੈਡੀਸਨ ਮਿਲ ਗਈ, ਆਕਸੀਜਨ ਮਿਲ ਗਈ,
होर दवाइया मिल गई तो वह वेंटिलेटर से जान तो बच गए, उन्होंने जी स्थिति है नाजुक होने तो बचा रही है। साढ़ा एको उपराला है कि जोड़े भी कोविड के मरीज आते हैं उन्हों की देखभाल सही तरीके की जा सके। अज ये असी मीटिंग की है, असं उन्हें उपराला कर रहे हैं कि जिला हॉस्पिटल गुरदासपुर के जिन्हें भी मरीज ने चाहे वह कोविड के दूजे दाखिल होंगे ने उन्होंने घट्टो घट एक टाइम का खाना असी रैड क्रॉस वालों एक सने समाज सेवी संस्था के रल के फैसला किया कि समाज सेवी संस्था सेवा करेगी, जोड़ा राशन वगैरह असी रैड क्रॉस राही अरेज करके साड़ी जी मैंबर ने उन्होंने अरेज करके उपलब्ध करावे। पर मेरी कोशिश यह है कि हर एक मरीज में जोड़ा हॉस्पिटल दाखिल है घटो घट एक टाइम का खाना जे होर नहीं तो असी वधिया पौष्टिक खाना घर का बने बने हुए खाना उन्होंने मुहैया करा सकी है ता जो उन्होंने ये महसूस ना हो कि जो हॉस्पिटल आ गए हैं तो उन्होंने कोई मुश्किल नहीं। सो जिमें कि हम कोविड के केसेज डाउन जाने शुरू हुए हैं पर कल ही मैंने एक रिपोर्ट मिली है जिड़ी कि बहुत चंगी नहीं है। रिपोर्ट यह है कि जी घटन की दर है वह स्लो हो गई है, केस जरूर घट रहे हैं पर घटन की दर घट गई है। ये एक थोड़ी जी खतरे वाली घंटी है, यह मतलब यह है कि जेकर असी सावधानी ना ली तो यह कितने दर उपर जाके दोबारा बढ़ने वाले चली गई तो दोबारा कोविड की वेव आ सकती है। सो मैं एक बार फिर अपील करांगा जो उन व्यक्तियों जिहड़े अपने घरों बाहर जा रहे हैं मजबूरन जाना पैंदा है, अपनी प्रिकॉशन लवो, मास्क पाओ, हत्थां नूं सैनिटाइज करो, 6 फुट का फासला रखो, ये बहुत ही ज़्यादा जरूरी है। कोविड कंट्रोल च आया, खत्म नहीं हुआ, फिर वेव आ सकती है। अजे अपने वैक्सीन की डोज भी लगवानी है, हुण तां गुरदासपुर दे विच तकरीबन 4,19,000 बंदियां नूं असीं वैक्सीन लगा चुके हैं, जदों के साढ़े 19 साल की उम्र तो ज्यादा लोग तो बहुत ज्यादा 7 लाख के आसपास हो। सो असी तकरीबन अजे भी 3 लाख लोगों ने वैक्सीन लगानी है और ये भी काफ़ी बंदे कई बार पहली डोज लगी है। सो आने वाले 2 महीने सानू होर बहुत ज़्यादा प्रिकॉशन लैन की लड़ पेगी। इनफैक्ट मैं तो कहाँगा कि घट्टो घट 2021 पूरा साल के सू पूरिया सावधानियां बरतनिया पैगियां तद ही असं इस महामारी तो बच सकते हैं, इनू कंट्रोल च लैके आ सकते। सो इन शब्दों के नाल मैं आग्या लैंदा, एक बार फिर अपील करता कि अपने सेहत का ध्यान रखो, अपने परिवार की सेहत का ध्यान रखो, कोई भी कोविड वर्गे लक्षण आते हैं उन्हें इग्नोर ना करो, तुरंत टैसट कराओ और टैसट कराने बाद लोड़ पैंती है थोड़ी पूरी मेडिकल सहायता की जाएगी, किसी किसी की कोई कमी नहीं महसूस होएगी। घट्टो घट पैसे करके या खर्चे करके किसी वे इलाज तो वांझा नहीं रखा जाएगा, ये साड़ी जिम्मेवारी है, साड़ी फर्ज बन है, असं जरूर पूरा करा। सो मैं एक बार फिर आप जी चंकी सेहत की कामना करना और आस करता कि अगले हफ्ते तक ये केस होर घटे और असी अपनी जी वैक्सीन का ड्राइव है उन्होंने होर तेज कर सकेंगे। इन्होंने शब्दों का बहुत बहुत धन्यवाद, जय हिंद।